ਜੁਲਾਈ ਮਹੀਨਾ ਸ਼ੁਰੂ ਹੁੰਦੇ ਹੀ ਲੱਗੇਗਾ ਆਮ ਲੋਕਾਂ ਨੂੰ ਵੱਡਾ ਝਟਕਾ। ਰਸੋਈ ਤੋਂ ਲੈ ਕੇ ਤੁਹਾਡੇ ਬੈਂਕ ਤੇ ਮੋਬਾਈਲ ਫੋਨ ਤੱਕ ਪਵੇਗਾ ਪ੍ਰਭਾਵ। ਹੋ ਜਾਓ ਤਿਆਰ, ਮਹਿੰਗਾਈ ਦੇ ਲੱਗਣਗੇ ਵੱਡੇ ਝਟਕੇ। ਜੀ ਹਾਂ, ਜੂਨ ਦਾ ਮਹੀਨਾ ਖਤਮ ਹੋ ਰਿਹਾ ਹੈ ਤੇ ਜੁਲਾਈ ਸ਼ੁਰੂ ਹੋ ਰਿਹਾ ਹੈ। ਜੁਲਾਈ ਦੀ ਪਹਿਲੀ ਤਰੀਕ ਤੋਂ ਹੀ ਦੇਸ਼ 'ਚ ਕਈ ਵੱਡੇ ਬਦਲਾਅ ਦੇਖਣ ਨੂੰ ਮਿਲਣਗੇ ਜੋ ਤੁਹਾਡੇ ਘਰ ਦੀ ਰਸੋਈ ਤੋਂ ਲੈ ਕੇ ਤੁਹਾਡੇ ਬੈਂਕ ਖਾਤੇ ਤੇ ਮੋਬਾਈਲ ਫੋਨ ਤੱਕ ਹਰ ਚੀਜ਼ ਨੂੰ ਸਿੱਧਾ ਪ੍ਰਭਾਵਿਤ ਕਰ ਸਕਦੇ ਹਨ। ਦੇਰੀ ਨਾ ਕਰਦੇ ਹੋਏ ਆਓ ਜਾਣਦੇ ਹਾਂ ਕਿਹੜੇ ਹੋਣਗੇ ਵੱਡੇ ਬਦਲਾਅ। LPG ਦੀਆਂ ਕੀਮਤਾਂ 'ਚ ਹੋ ਸਕਦਾ ਬਦਲਾਅ। ਤੇਲ ਮਾਰਕੀਟਿੰਗ ਕੰਪਨੀਆਂ ਹਰ ਮਹੀਨੇ ਦੇ ਪਹਿਲੇ ਦਿਨ LPG ਸਿਲੰਡਰ ਦੀਆਂ ਕੀਮਤਾਂ 'ਚ ਸੋਧ ਕਰਦੀਆਂ ਹਨ ਅਤੇ 1 ਜੁਲਾਈ 2024 ਨੂੰ ਸਵੇਰੇ 6 ਵਜੇ ਤਬਦੀਲੀਆਂ ਵੇਖੀਆਂ ਜਾ ਸਕਦੀਆਂ ਹਨ। ਹਾਲ ਹੀ ਦੇ ਵਿੱਚ ਜਿੱਥੇ ਵਪਾਰਕ LPG ਸਿਲੰਡਰ ਦੀਆਂ ਕੀਮਤਾਂ 'ਚ ਕਈ ਬਦਲਾਅ ਦੇਖਣ ਨੂੰ ਮਿਲੇ, ਉੱਥੇ ਹੀ ਘਰੇਲੂ ਰਸੋਈ 'ਚ ਵਰਤੇ ਜਾਣ ਵਾਲੇ ਸਿਲੰਡਰ ਦੀ ਕੀਮਤ ਲੰਬੇ ਸਮੇਂ ਤੋਂ ਸਥਿਰ ਹੈ। ਪਰ ਕਿਆਸ ਰਾਹੀਆਂ ਲਗਾਈਆਂ ਜਾ ਰਹੀਆਂ ਨੇ ਕਿ 1 ਜੁਲਾਈ ਤੋਂ LPG ਦੀਆਂ ਕੀਮਤਾਂ 'ਚ ਵਾਧਾ ਹੋ ਸਕਦਾ ਹੈ। ATF ਤੇ CNG PNG ਦਰ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਨਾ ਸਿਰਫ LPG ਸਿਲੰਡਰ ਦੀਆਂ ਕੀਮਤਾਂ 'ਚ ਬਦਲਾਅ ਦੇਖਣ ਨੂੰ ਮਿਲਦਾ ਹੈ, ਸਗੋਂ ਇਸ ਦੇ ਨਾਲ ਹੀ ਤੇਲ ਮਾਰਕੀਟਿੰਗ ਕੰਪਨੀਆਂ ਏਅਰ ਫਿਊਲ ਯਾਨੀ ਏਅਰ ਟਰਬਾਈਨ ਫਿਊਲ ਤੇ CNG PNG ਦੀਆਂ ਕੀਮਤਾਂ ਨੂੰ ਵੀ ਸੋਧਦੀਆਂ ਹਨ। ਅਜਿਹੇ 'ਚ ਪਹਿਲੀ ਤਰੀਕ 'ਤੇ ਇਹਨਾਂ ਦੀਆਂ ਨਵੀਆਂ ਕੀਮਤਾਂ ਦਾ ਖੁਲਾਸਾ ਹੋ ਸਕਦਾ ਹੈ। ਕ੍ਰੈਡਿਟ ਕਾਰਡ ਬਿੱਲ ਦਾ ਭੁਗਤਾਨ। ਜੇਕਰ ਤੁਸੀਂ ਵੀ ਕ੍ਰੈਡਿਟ ਕਾਰਡ ਦੀ ਵਰਤੋਂ ਕਰਦੇ ਹੋ ਤਾਂ 1 ਜੁਲਾਈ 2024 ਦੀ ਤਾਰੀਖ ਤੁਹਾਡੇ ਲਈ ਮਹੱਤਵਪੂਰਨ ਹੈ। ਦਰਅਸਲ ਕ੍ਰੈਡਿਟ ਕਾਰਡ ਭੁਗਤਾਨ ਨਾਲ ਜੁੜੇ ਵੱਡੇ ਬਦਲਾਅ ਮਹੀਨੇ ਦੇ ਪਹਿਲੇ ਦਿਨ ਤੋਂ ਲਾਗੂ ਹੋ ਜਾਣਗੇ। ਇਸ ਤੋਂ ਬਾਅਦ ਕੁਝ ਪੇਮੈਂਟ ਪਲੇਟਫਾਰਮਾਂ ਰਾਹੀਂ ਬਿੱਲ ਦੇ ਭੁਗਤਾਨ ਵਿੱਚ ਸਮੱਸਿਆ ਆ ਸਕਦੀ ਹੈ। ਦਰਅਸਲ RBI ਦੇ ਨਵੇਂ ਨਿਯਮਾਂ ਦੇ ਅਨੁਸਾਰ 1 ਜੁਲਾਈ ਤੋਂ ਸਾਰੇ ਕ੍ਰੈਡਿਟ ਕਾਰਡ ਬਿੱਲਾਂ ਦਾ ਭੁਗਤਾਨ ਭਾਰਤ ਬਿੱਲ ਭੁਗਤਾਨ ਪ੍ਰਣਾਲੀ ਯਾਨੀ ਕਿ BBPS ਦੁਆਰਾ ਕੀਤਾ ਜਾਣਾ ਚਾਹੀਦਾ ਹੈ। ਇਸ ਬਾਅਦ ਹਰ ਕਿਸੇ ਨੂੰ ਭਾਰਤ ਬਿੱਲ ਪੇਟੀਐਮ ਸਿਸਟਮ ਰਾਹੀਂ ਬਿਲਿੰਗ ਕਰਨੀ ਪਵੇਗੀ। ਬਦਲੇਗਾ ਸਿਮ ਕਾਰਡ ਪੋਰਟ ਦਾ ਨਿਯਮ। ਟਰਾਈ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਨਿਯਮਾਂ 'ਚ ਬਦਲਾਅ ਕਰ ਰਹੀ ਹੈ। ਹੁਣ ਇੱਕ ਵਾਰ ਫਿਰ ਸਿਮ ਕਾਰਡਾਂ ਨਾਲ ਜੁੜੇ ਨਿਯਮ ਬਦਲਣ ਜਾ ਰਹੇ ਨੇ ਅਤੇ ਇਸ ਬਦਲਾਅ ਨੂੰ ਲਾਗੂ ਕਰਨ ਦੀ ਤਰੀਕ ਵੀ 1 ਜੁਲਾਈ 2024 ਤੈਅ ਕੀਤੀ ਗਈ ਹੈ। ਟਰਾਈ ਨੇ ਮੋਬਾਈਲ ਨੰਬਰ ਪੋਰਟੇਬਿਲਿਟੀ ਨਿਯਮਾਂ ਨੂੰ ਬਦਲਣ ਦਾ ਫੈਸਲਾ ਕੀਤਾ ਹੈ। ਇਹ ਨਿਯਮ ਟਰਾਈ ਦੇ ਸਿਮ ਸਵੈਪ ਫਰੋਡ ਤੋਂ ਬਚਣ ਦੇ ਲਈ ਲਾਗੂ ਕੀਤਾ ਗਿਆ ਹੈ। ਇਸ ਦੇ ਤਹਿਤ ਜੇਕਰ ਸਿਮ ਕਾਰਡ ਚੋਰੀ ਹੋ ਜਾਂਦਾ ਹੈ ਜਾਂ ਖਰਾਬ ਹੋ ਜਾਂਦਾ ਹੈ ਤਾਂ ਤੁਹਾਨੂੰ ਕੁਝ ਸਮਾਂ ਇੰਤਜ਼ਾਰ ਕਰਨਾ ਹੋਵੇਗਾ। ਇਸ ਤੋਂ ਪਹਿਲਾਂ ਸਿਮ ਕਾਰਡ ਦੇ ਚੋਰੀ ਹੋਣ ਜਾਂ ਖਰਾਬ ਹੋਣ 'ਤੇ ਸਟੋਰ ਤੋਂ ਤੁਰੰਤ ਨਵਾਂ ਸਿਮ ਕਾਰਡ ਮਿਲ ਜਾਂਦਾ ਸੀ। PNB ਬੈਂਕ ਦੇ ਗਾਹਕਾਂ ਲਈ ਵੱਡਾ ਅਪਡੇਟ। ਜੇਕਰ ਤੁਹਾਡੇ ਕੋਲ PNB ਖਾਤਾ ਹੈ ਅਤੇ ਤੁਸੀਂ ਸਾਲਾਂ ਤੋਂ ਇਸ ਦੀ ਵਰਤੋਂ ਨਹੀਂ ਕੀਤੀ ਹੈ ਤਾਂ ਇਸ ਨੂੰ 1 ਜੁਲਾਈ 2024 ਤੋਂ ਬੰਦ ਕੀਤਾ ਜਾ ਸਕਦਾ ਹੈ। ਪਿਛਲੇ ਕੁਝ ਸਮੇਂ ਤੋਂ ਬੈਂਕ ਲਗਾਤਾਰ ਸੋਸ਼ਲ ਮੀਡੀਆ ਰਾਹੀਂ ਚੇਤਾਵਨੀ ਦੇ ਰਹੇ ਨੇ ਕਿ ਜਿਨ੍ਹਾਂ PNB ਖਾਤਿਆਂ ਵਿੱਚ ਪਿਛਲੇ 3 ਸਾਲਾਂ ਤੋਂ ਕੋਈ ਲੈਣ ਦੇਣ ਨਹੀਂ ਹੋਇਆ ਅਤੇ ਉਹਨਾਂ ਦੇ ਖਾਤੇ ਦਾ ਬੈਲੈਂਸ 0 ਹੈ ਤਾਂ ਉਹਨਾਂ ਖਾਤਿਆਂ ਨੂੰ 30 ਜੂਨ ਤੱਕ ਚਾਲੂ ਰੱਖਣ ਲਈ ਬੈਂਕ ਬ੍ਰਾਂਚ ਜਾਂ KYC ਕਰਵਾਓ। ਅਜਿਹਾ ਨਾ ਕਰਨ 'ਤੇ ਉਹ 1 ਜੁਲਾਈ ਤੋਂ ਖਾਤੇ ਬੰਦ ਹੋ ਸਕਦੇ ਹਨ।
ਇਸ ਰਿਪੋਰਟ ਚ ਇਨਾ ਹੀ। ਬਾਕੀ ਜਾਣਕਾਰੀ ਲਈ ਦੇਖਦੇ ਰਹੋ PTC ਨਿਊਜ਼।